गाइस सुनो, याद है कि अपन पिछली एक सर्विस पर ही गल की थी एंड ओदा नाम है IQ ऑप्शंस। ऑप्शन। एंड तुहानू पता उत्थे तुसीं जस्ट 10 मिनट दिन च कम करना ते तुसीं वधिया पैसे कमा सकदे हो यार। $10 डिपॉजिट करके वधिया पैसे अर्न कर सकदे हो। बड़ा ही ईजी काम है। मास्टर कार्ड ते पेपाल एटसेट्रा वगैरह जिहड़ियां इह डेबिट कार्ड वगैरह तो तुसीं जो पे कर सकदे हो, है ना। ते नाले तुहानू एक गल होर दसदा, असीं सिर्फ 3 दिन उत्थे 10-10 मिनट कम किया ते $400 अपनी जेब च गया कि कख भी नहीं। सो लिंक दिता नीचे डिस्क्रिप्शन दे विच, हुणे उहनू चैक करो ते उस लिंक ते जाके क्लिक करके साइट खोल के उत्थे रजिस्टर करो ते पहला उहनू थोड़ा जिहा सिख लिओ, ठीक है। बड़ा ही वधिया ते सौखा ढंग है सब कुछ करन दा। जे ना भी कुछ समझ लगे तां नीचे इक मैं कमेंट पिन कीता होया, उत्थे तुसीं अपना क्वेश्चन पुछ सकदे हो ते उहदा तुहानू आंसर उत्थे आ जिहड़े एक्सपर्ट्स आ उहदे उह तुहानू जरूर दे। सब्सक्राइब करो पंजाबी रील टीवी। बेल भी नप दो। नप दो। हेलो जी, माय नेम इज मिसिंग एंड शी इज दिलप्रीत कौर। सत श्री अकाल। आज दी वीडियो है बहुत ज्यादा फनी, टिकटॉक। हबी दी वाइफ साडा टिकटॉक दा एक अकाउंट है, ओनू तुसी प्लीज सब्सक्राइब कर लो, फॉलो कर लो, ओके, ऐड कर लो, लाइक कर लो। आपा वेखांगे अज वीडियो टिकटॉक वाली। भाई साहब, भाई मदनी जी, नासर मदनी जी, मौलाना जी, मौलाना जी, हाँ जी, ते उन्हां दी वीडियो देखांगे, ठीक है। उन्हां दी नहीं, एक्चुअली जिहड़े अजकल दे कुड़ियां मुंडे है, है ना, जिन्हां नूं भूत सवार हुंदा टिकटॉक दा, ते ओह उन्हां ते डबिंग करके कुछ वीडियोज बनाईआं, ते मेरे ख्याल तुहाडी रिक्वेस्ट करके असीं वीडियो बनाउण लगे आं। यस, एंड मेरे ख्याल इह पहली वार होगा कि असीं ਕਿਸੇ ਮੌਲਵੀ ਦੀ ਆਵਾਜ਼ ਅਤੇ ਕਿਸੇ ਹੋਰ ਦੀਆਂ ਵੀਡੀਓਜ਼ ਦੇਖੀਆਂ, ਮਤਲਬ ਕਿਸੇ ਮੌਲਵੀ ਦੀ ਜੋ ਰਿਕਾਰਡਿੰਗ ਆ ਆਵਾਜ਼, ਹੈ ਨਾ, ਆਡੀਓ, ਉਹਦੇ 'ਤੇ ਲੋਕ ਟਿਕਟੋਕ ਵੀਡੀਓਜ਼ ਬਣਾ ਰਹੇ ਆ। ਮੇਰੇ ਖਿਆਲ ਇਹ ਫਸਟ ਟਾਈਮ ਹੋਊਗਾ ਇਨ ਦਾ ਹੋਲ ਹਿਸਟਰੀ ਆਫ ਦਾ ਵਰਲਡ, ਜਦੋਂ ਤੱਕ ਯੂਨੀਵਰਸ ਰਹੂਗਾ। ਮੇਰੇ ਖਿਆਲ ਨਾਸਰ ਮਦਨੀ ਜੀ ਦਾ ਫੇਮਸ ਹੋ ਚੁੱਕਿਆ ਟਿਕਟੋਕ 'ਤੇ ਵੀ, ਮਤਲਬ ਗੱਲ ਕਹਿੰਦਾ, ਮਤਲਬ ਇਹ ਹੈ ਵੀ ਅੱਜ ਕੱਲ੍ਹ ਦੇ ਨੌਜਵਾਨ ਵੀ ਉਹਨਾਂ ਨੂੰ ਸੁਣਦੇ, ਚਾਹੇ ਪਤਾ ਨਹੀਂ ਹੁਣ ਉਹ ਕਿਸ ਵੇ ਨਾਲ ਉਹ ਵੀਡੀਓਜ਼ ਬਣਾ ਰਹੇ ਆ, ਕਿਉਂਕਿ ਇਹ ਸ਼ਾਇਦ ਫਨੀ ਵਿੱਚ ਗੱਲਾਂ ਬਹੁਤ ਕਰ ਜਾਂਦੇ ਆ, ਤਾਂ ਕਰਕੇ ਸ਼ਾਇਦ, ਪਰ ਹਸਾਨ ਗੱਲਾਂ ਔਰ ਸਮਝ ਉਹਨਾਂ ਲਈ, ਮਤਲਬ ਉਹ ਸਮਝਦੇ ਵੀ ਆ ਔਰ ਚਲੋ। ਪਰ ਮੈਂ ਇਹ ਉਮੀਦ ਕਰਦਾ, ਆਈ ਹੋਪ ਕਿ ਜਿਹੜੇ ਅੱਜ ਦੀ ਵੀਡੀਓ ਹੋਏਗੀ ਨਾ ਇਹ ਪੋਜ਼ਿਟਿਵ ਵੇ ਵਿੱਚ ਹੋਵੇ, ਕਿਸੇ ਨੇ ਨੈਗੇਟਿਵ ਨਾ ਬਣਾਈ ਹੋਵੇ, ਬਿਕੋਜ਼ ਆਈ ਰੀਲੀ ਲਾਈਕ ਨਾਸਰ ਮਦਨੀ ਜੀ ਐਂਡ ਉਹਨਾਂ ਦੀਆਂ ਗੱਲਾਂ ਕਾਫੀ ਅੱਛੀਆਂ। ਹਾਂਜੀ, ਕਿਉਂਕਿ ਰਿਕੁਐਸਟ ਕਿਸੇ ਨੇ ਕੀਤੀ ਹੈ, ਇਸ ਲਈ ਅਸੀਂ ਵੀਡੀਓ ਬਣਾਉਣ ਲੱਗੇ ਹਾਂ ਲਈ। ਬਿਲਕੁਲ ਗਾਈਸ, ਸਾਡੇ ਲਈ ਤਾਂ ਵੀ ਹਾਂ ਚਲੋ, ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਕਰਨਾ ਹੈ। ਬਾਕੀ ਵੀ ਅੱਜ ਹੁਣ ਵੀ ਤੁਹਾਨੂੰ ਅੱਛਾ ਲੱਗਦਾ ਤਾਂ ਕਰਕੇ ਤੇ ਬਾਕੀ ਵੀਡੀਓ ਬਣਾਉਣ ਨੂੰ ਕੀ ਹੈ, ਇਸ ਲਈ ਅਸੀਂ ਵੀਡੀਓ ਬਣਾਉਣ ਲੱਗੇ ਹਾਂ। ਅੱਜ ਤੋਂ ਮੈਂ ਥੋੜੇ ਐਟੀਟਿਊਡ 'ਚ ਬੈਠਿਆ ਕਰਨਾ ਮੈਂ ਤੇ, ਠੀਕ ਹੈ, ਐਟੀਟਿਊਡ ਮੈਂ ਹਮ ਵੀਡੀਓ ਬਣਾਏ ਜੀ, ਪਤਾ ਕਿਸੇ ਨੂੰ ਪਸੰਦ ਆਵੇ ਜਾਂ ਨਾ ਆਵੇ। ਯਾ, ਸੋ ਹਮ ਐਟੀਟਿਊਡ ਮੈਂ ਵੀਡੀਓ ਬਣਾਏਗੇ ਅੱਜ। ਸੋ ਵਿਦਾਊਟ ਵੇਸਟਿੰਗ ਅ ਟਾਈਮ ਗਾਇਸ, ਹਮ ਵੀਡੀਓ ਕੋ ਸ਼ੁਰੂ ਕਰਾਂਗੇ। ਹੇਅਰ ਵੀ ਗੋ। होंदी लड़की होंगी तो कहती एक्सक्यूज मी, आपका नाम क्या, आपके पापा का नाम क्या, आपकी सिम कौन सी है, कौन सा नेट यूज करते हैं, कहाँ रहते हैं, आपकी आईडी का क्या है मसला, किधर रहते हैं, मैंने आपको कहीं देखा है, किधर मिलेंगे, जफरबाल के चौक में या मिशेल का पंप पे ना, तुम इधर का तो फिर अनमरीत ने मां कहे ना तेरी बेगम ने जी क्या, चल कोई नहीं मां, तू सबर कर लेना सी, मोदी मां दे मां उधर नहीं सबर कर ला, जिदन तेरे वर्गा अनमरीत जमिया सी, मैं तो उधर ही सबर कर, सही गल है जी, कर ਤੇ ਮੁੰਡੇ ਦੀ ਮੰਗਣੀ ਹੋ ਜਾਣੀ ਗਲੀ ਚ, ਤੂੰ ਗਲੀ ਨਾ ਲੰਘਣਾ ਕਿ ਮੇਰੀ ਮੰਗੇਤਰ ਦੀ ਮੰਗਣੀ, ਇੱਥੇ ਮੇਰੀ ਮੰਗੇਤਰ ਹੈ ਤੇ ਮੈਂ ਨੀ ਲੰਘਣਾ, ਤੇ ਹੁਣ ਜਿੰਨਾ ਚਿਰ ਬੈਟਰੀ ਮੁੱਕਣੀ ਨਹੀਂ ਜਾਣ ਛੁੱਟਣੀ, ਹੁਣ ਤਾਂ ਲੈ ਪਾਵਰ ਬੈਂਕ ਰੱਖ ਲੈ ਆਪਣੀਆਂ ਕਰਨਾ, ਤੇ ਮਾਵਾਂ ਦੀਆਂ ਨਹੀਂ, ਇਹ ਮੇਰੀਆਂ ਧੀਆਂ ਬੱਚੀਆਂ, ਇਹ ਫੀਟਰ ਪੀਂਦੀਆਂ ਨੇ, ਤੇ ਨੌ ਇੱਕ ਕਰ ਲੈ ਤੇ ਸਾਰੇ ਸਾਰੇ ਕਲਾਸ ਕੇ ਤੇ ਸਾਰੇ ਘਈਏ ਵਾਲੇ ਚ ਦੱਸਣਾ, ਯਾਰ ਮੈਂ ਖੁਦ ਬਣਾਉਂਗਾ ਇਹ, ਜੁਮਾ ਪੜ੍ਹ ਕੇ ਨਿਕਲੀਏ ਇੱਥੋਂ ਤੇ 1000 ਦਾ ਨੋਟ ਪਿਆ ਹੋਵੇ ਨਾ ਉੱਤੇ ਪੈਰ ਰੱਖ ਲੈਂਦੇ, ਤੈਨੂੰ ਕੀ ਹੋਇਆ, ਮੇਰਾ ਪੈਰ ਸੌਂ ਗਿਆ, ਇਹਨੇ ਪਤਾ ਇਮਾਨ ਸੌਂ ਗਿਆ, 1000 ਤੇ ਮਾਨ ਕਵਾ ਜਾਂਦੇ ਨੇ, ਹੁੰਦੀ ਲੜਕੀ ਹੁੰਦੀ ਤੇ ਕਹਿੰਦੀ ਐਕਸਕਿਊਜ਼ ਮੀ, ਆਪਕਾ ਨਾਮ ਕਿਆ, ਆਪਕੇ ਪਾਪਾ ਕਾ ਨਾਮ ਕਿਆ, ਆਪਕੀ ਸਿਮ ਕੌਨ ਸੀ ਹੈ, ਕੌਨ ਸਾ ਡਿਊਟ ਕੀਤਾ ਹੈ ਨਾ, ਕਹਾਂ ਰਹਤੇ ਹੈ, ਆਪਕੀ ਆਈਡੀ ਕਾ ਕਿਆ ਹੈ ਮਸਲਾ, ਕਿਧਰ ਰਹਤੇ ਹੈ, ਮੈਨੇ ਆਪਕੋ ਕਹੀਂ ਦੇਖਾ ਹੈ, ਕਿਧਰ ਮਿਲੇਂਗੇ, ਜ਼ਫਰਪਾਲ ਕੇ ਚੌਕ ਮੇਂ ਯੇ ਜੋ ਸ਼ੈਲ ਕਾ ਪਾਪਾ, ਯਾਰ ਇਹ ਡਾਇਲੋਗ ਲੰਬਾ ਸੀ ਨਾ ਯਾਰ, ਕੁਛ ਨਹੀਂ ਆਉਂਦੀ, ਦੋਸ਼ ਘਟਾ ਵੇ ਘਟਾ, ਇਹ ਜਿਹੜੀ ਰੋਜ਼ ਪਾਈਆ ਖੂਨ ਦੀ ਬੋਤਲ ਚੂਸਦਾ, ਮੋਬਾਈਲ ਚੂਸਦਾ, ਸਾਰੀ ਸਾਰੀ ਰਾਤ ਸੌਂਦੇ ਨੇ,
ਜਿੰਨਾ ਚਿਰ ਬੈਟਰੀ ਮੁੱਕਣੀ ਨਹੀਂ ਮੁੰਡੇ ਦੀ ਜਾਨ ਛੁੱਟਣੀ ਜਵਾਨ ਹੋਵੇ ਨਾ ਤੇ ਰਿਸ਼ਤਾ ਕਰਨ ਲੱਗਿਆ ਬੇਟੀ ਬੇਟੇ ਨੂੰ ਪੁੱਛ ਲੈਣਾ ਚਾਹੀਦਾ ਮੁੜ ਕੇ ਉਹ ਨਾ ਹੋਵੇ ਮੁੰਡਾ ਚੂਹੇ ਮਾਰ ਗੋਲੀਆਂ ਖਾ ਨਹੀਂ ਸਹੀ ਗੱਲ ਸ਼ਰੀਅਤ ਨੇ ਕਿਹਾ ਕਿ ਔਲਾਦ ਨੂੰ ਪੁੱਛ ਲਓ ਹੁਣ ਬੜੇ ਬਿਲਕੁਲ ਬੋਲੇ ਨੇ ਤੇ ਬੇਗਮ ਅੱਧੀ ਰਾਤ ਤੱਕ ਨਾ ਜਾਨੂ ਐਕਸਕਿਊਜ਼ ਮੀ ਮੁਝੇ ਪਾਈਨਐਪਲ ਕਾ ਜੂਸ ਲਾ ਇੱਥੋਂ ਨਾ ਲੱਭੇ ਜਾਣਗੇ ਸ਼ੇਖੂਪੁਰੇ ਉਹ ਬੋਲੋ ਤੇ ਸਹੀ ਉੱਥੋਂ ਨਾ ਲੱਭੇ ਪਰ ਲਾਹੌਰ ਤੁਰ ਜਾਣ ਅਗਲੀ ਨੇ ਵੜਨ ਨਹੀਂ ਦੇਣਾ ਕਾ ਤੇ ਮਾਂ ਮਰੀ ਜਾਂਦੇ ਨੇ ਮੇਰੀ ਇੱਕ ਖੋਤੀ ਜਿਹੜੀ ਜਾ ਰਹੀ ਸੀ ਮੈਂ ਤਬਦੀਲ ਕਰਕੇ ਜਾ ਰਿਹਾ ਸਾਂ ਅਤੇ ਉਹਦੇ ਉੱਤੇ ਲਿਖਿਆ ਤੇਰੇ ਮਗਰ ਰੁਲਤੇ ਗਏ ਪਰ ਚਸ ਬੜੀ ਮੈਂ ਗੱਡੀ ਖਿਲਾਰੀ ਮੈਂ ਗੱਲ ਸੁਣ ਕਹਿੰਦਾ ਜੀ ਮੌਲੀ ਸਾਹਿਬ ਮੈਂ ਤੂੰ ਰੁਲਣਾ ਕੀ ਹੈ ਤੂੰ ਰੇੜੀ ਤੇ ਬੈਠਾ ਤੂੰ ਰੱਬਾ ਹੀ ਰੁਲਿਆ ਹੈ ਗਲੀ ਚ ਤੂੰ ਗਲੀ ਨਾ ਲੰਘਣਾ ਤੇ ਮੇਰੀ ਮੰਗੇਤਰ ਦੀ ਮੰਗਣਾ ਇੱਥੇ ਮੇਰੀ ਮੰਗੇਤਰ ਤੇ ਲਾਣੀ ਹੁਣ ਜਿੰਨਾ ਚਿਰ ਬੈਟਰੀ ਪਾਵਰ ਬੈਂਕ ਰੱਖ ਲੈ ਮਗਰ ਮੈਂ ਕਹਿੰਦਾ ਅੱਜ 90% ਲੜਕੀਆਂ ਨੂੰ ਤਲਾਕਾਂ ਸੱਸਾਂ ਦੀ ਵਜ੍ਹਾ ਤੋਂ ਹੁੰਦੀਆਂ ਸੱਸਾਂ ਗੱਲ ਹੀ ਇੰਝ ਦੀਆਂ ਕਰਦੀਆਂ ਨੇ ਤੇ ਹੁਣ ਰਾਤ ਨੂੰ ਲੜਾਈ ਹੁੰਦੀ ਹੈ ਤੇ ਉੱਥੋਂ ਹੀ ਓਪੋ ਦਾ ਮੋਬਾਇਲ ਕਰਕੇ ਜਾਂਦਾ ਹੈ ਲੈ ਜਾਓ ਆਪਣੀ ਸਗਾਤ ਕਈਆਂ ਮੁੰਡਿਆਂ ਮੋਟਰਸਾਈਕਲਾਂ ਦੀਆਂ ਲਾਈਟਾਂ ਮਗਰ ਲਿਖਿਆ ਹੁੰਦਾ ਜਾਨੂ ਤੇਰੇ ਮਗਰ ਰੋਲ ਤੇ ਗਏ ਪਰ ਚਸ ਬੜੀ ਆਈ ਹੈ ਮਰਨ ਦਾ ਮਕਾਨ ਹੈ ਚਸ ਮਤਲਬ ਮਜ਼ਾ ਹੈ ਕੇ ਬਾਰੇ ਮੈਂ ਬਤਾਇਆ ਹਜ਼ੂਰ ਖੁਸੂਸਨ ਕ੍ਰਿਕਟ ਕਿਆ ਜੇ ਖੇਲਣਾ ਚਾਹੀਦਾ ਜਾਂ ਨਜਾਇਜ਼ ਹੈ ਜਿੰਨੇ ਖੇਲ ਅੰਗਰੇਜ਼ਾਂ ਦੀ ਤਰਫ ਆਉਂਦੇ ਨੇ ਸਾਰੇ ਖੇਡਣ ਹਰਾਮ ਹੈ ਕ੍ਰਿਕਟ ਦੀ ਜਾਨ ਦੀ ਕਾਫਰ ਦੀ ਖੇਡਣ ਵਾਲੇ ਸ਼ੈਤਾਨ ਗਾਫਿਲ ਆ ਬਾਬੇ ਧੂਕੇ ਵਾਲੇ ਅੱਲਾ ਜਾਣਦਾ ਇੱਕ ਥੋੜਾ ਤਮਾਕੂ ਪੀ ਕੇ ਨਾ ਕਹਿੰਦੇ ਬੱਲੇ ਬੱਲੇ ਨੇ ਨਾਸਾਂ ਖੋਲ ਦਿੱਤੀ ਤੇ ਨਾਲ ਥੋੜੀ ਜਿਹੀ ਪੱਤੀ ਬੋਦੀ ਪਾ ਦੇਣਾ ਉਹਨਾਂ ਨੇ ਚਾਹ ਕੌੜੀ ਕਰ ਦਿੱਤੀ ਪਰਾਈਆਂ ਔਰਤਾਂ ਦੇ ਮੱਥੇ ਨਹੀਂ ਲੱਗਦਾ ਤੇ ਸਾਡੇ ਹੁਣ ਕੈਂਪ ਟੂ ਕੈਂਪ ਚੈਟ ਕਰਦੇ ਨੇ ਜਾਨੂ ਪਲੀਜ਼ ਕੈਂਪ ਆਣਾ ਇਹ ਜਨਾਬ ਮੋਬਾਈਲਾਂ ਤੇ ਕੈਂਪ ਕੈਂਪ ਦੇ ਨਾਲ ਗੱਲਾਂ ਕਰਦੇ ਓਕੇ ਗਾਈਜ਼ ਸੋ ਇਹ ਸੀ ਅੱਜ ਦੀ ਵੀਡੀਓ ਐਂਡ ਮੇਰੀਆਂ ਤਾਂ ਗੱਲਾਂ ਦੁਖਣ ਲੱਗ ਗਈਆਂ ਮੇਰੀਆਂ ਵੀ ਬਹੁਤ ਜ਼ਿਆਦਾ ਫਨੀ ਸੀਗੀ ਵੀਡੀਓ ਮਤਲਬ ਆਪਾਂ ਸਾਰੀ ਗੱਲਾਂ ਸੁਣੀਆਂ ਨਹੀਂ ਨਾ ਆਪਾਂ ਮਤਲਬ ਵੀਡੀਓ ਸਾਰੀਆਂ ਵੇਖੀਆਂ ਨਹੀਂ ਗਿਆ ਇਹਨਾਂ ਦੀਆਂ ਮੈਂ ਮੋਬਾਈਲ ਨੂੰ ਮਤਲਬ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ ਇੰਪੋਰਟੈਂਸ ਨਹੀਂ ਮਤਲਬ ਉਹਦੀ ਮੋਬਾਈਲ ਮੋਬਾਈਲ ਦੀ ਲਾਭਾ ਬੜੀ ਕਰਦੇ ਆ ਜੋ ਵੀ ਹੁੰਦਾ ਮੋਬਾਈਲ ਦੀ ਤੇ ਕੁੜੀਆਂ ਦੀ ਸੱਚੀ ਯਾਰ ਕੁੜੀਆਂ ਦੇ ਮੋਬਾਈਲ ਇਹਨਾਂ ਦੋ ਚੀਜ਼ਾਂ ਹੁਣ ਤਾਂ ਇਹਨਾਂ ਨੇ ਕਿਉਂਕਿ ਅੱਜ ਕੱਲ੍ਹ ਦੀਆਂ ਕੁੜੀਆਂ ਜਿਵੇਂ ਮੋਬਾਈਲ ਯੂਜ਼ ਕਰਦੀਆਂ ਹੈ ਨਾ ਅਤੇ ਜੋ ਉਹਨਾਂ ਦਾ ਯੂ ਨੋ ਲਾਈਫ ਸਟਾਈਲ ਹੈ ਉਹਦੇ ਉਹਦੇ 'ਤੇ ਇਹਨਾਂ ਨੇ ਕੀ ਕਹਿੰਦੇ ਹੁੰਦੇ ਕੀ ਕੱਸੀ ਹੈ ਸ਼ਿਕ ਰੱਸੀ ਕੱਸੀ ਨਹੀਂ ਕੁਛ ਕਹਿੰਦੇ ਹੁੰਦੇ ਹੈਗੇ ਮੈਨੂੰ ਯਾਦ ਨਹੀਂ ਆ ਰਿਹਾ ਦਿਮਾਗ 'ਚ ਨਹੀਂ ਆ ਰਹੀ ਗੱਲ ਮੇਰੇ ਵੀ ਨਹੀਂ ਆ ਰਹੀ ਚਲੋ ਮਤਲਬ ਬਹੁਤ ਸਾਰੇ ਇਹਨਾਂ ਦੀ ਮਤਲਬ ਆਪਾਂ ਵੀਡੀਓ ਜਿਹੜੀ ਵੇਖੀ ਨਹੀਂ ਮਤਲਬ ਹੋਰ ਵੀ ਜ਼ਿਆਦਾ ਫਨੀ ਹੈਗੀ ਮਤਲਬ ਮਤਲਬ ਉਹਨਾਂ ਨੂੰ ਸਮਝਾਇਆ ਕਿਸ ਵੀ ਇਹਨਾਂ ਨਾਲ ਅਲੱਗ ਅਲੱਗ ਵੀ ਇਹਨਾਂ ਸਮਝਾਇਆ ਗਿਆ ਨਾਲੇ ਸਭ ਨੇ ਐਕਟਿੰਗ ਵਧੀਆ ਕੀਤੀ ਵਧੀਆ ਕੀਤੀ ਹੈ ਐਂਡ ਉਹ ਇੱਕ ਕੁੜੀ ਨੇ ਜਿਹੜਾ ਪਹਿਲਾਂ ਬਣਾਇਆ ਸੀ ਉਹ ਡਾਇਲੋਗ ਕਾਫੀ ਲੰਬਾ ਸੀਗਾ ਹਨਾ ਉਹਨੇ ਵਧੀਆ ਬਣਾਈ ਸੀ ਉਹਨੇ ਵਧੀਆ ਬਣਾਈ ਸੀ ਐਂਡ ਇੱਕ ਗੱਲ ਦੀ ਹੋਰ ਖੁਸ਼ੀ ਹੈ ਯਾਰ ਮਤਲਬ ਵੀ ਸਾਰੀਆਂ ਪੋਜ਼ਿਟਿਵ ਵਿੱਚ ਸੀਗੀਆਂ ਤੇ ਪਰ ਇਹ ਦੇਖਣਾ ਵਧੀਆ ਲੱਗਾ ਕਿ ਟਿਕਟੋਕ ਤੇ ਛਾਏ ਪਏ ਨਾਸਰ ਮਦਨੀ ਵਾਹ ਕਮਾਲ ਹੈ ਕਦੇ ਸੋਚਿਆ ਨਹੀਂ ਸੀ ਇੱਦਾਂ ਇੱਦਾਂ ਛਾ ਸਕਦੇ ਹੈ ਨਾ ਇੱਕ ਮੌਲਵੀ ਮਤਲਬ ਮੈਂ ਸੋਚਦੀ ਵੀ ਉਹਨਾਂ ਦੇ ਮੂੰਹ ਤੇ ਕਿਵੇਂ ਲੱਗਦੀ ਹੈ ਗੱਲ ਹਨਾ ਤੇ ਇਹਨਾਂ ਦੇ ਮੂੰਹ ਤੇ ਕਿਵੇਂ ਲੱਗਦੀ ਹੈ ਹਾਂ ਗਾਈਜ਼ ਤੁਸੀਂ ਨਾ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਚਾਹੁੰਦੇ ਹੋ ਸੀ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖੀਏ ਬਿਕੋਜ਼ ਮੈਂ ਦੇਖਿਆ ਸੀ ਕਿ ਇਹਨਾਂ ਦੇ ਬਹੁਤ ਸਾਰੀਆਂ ਵੀਡੀਓਜ਼ ਆ ਜੋ ਵਾਇਰਲ ਵੀ ਹੋਈਆਂ ਹੋਈਆਂ ਇੱਦਾਂ ਦੀਆਂ ਟਿਕਟੋਕ ਵਾਲੀਆਂ ਅਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਇਹਨਾਂ ਦੀਆਂ ਹੋਰ ਵੀਡੀਓਜ਼ ਦੇਖਾਂਗੇ ਐਂਡ ਸਾਡਾ ਵੀ ਯਾਰ ਟਿਕਟੋਕ ਦਾ ਅਕਾਊਂਟ ਹੈਗਾ ਹਬੀ ਦੀ ਵਾਈਫ ਨਾਮ ਤੋਂ ਉਹ ਤੁਸੀਂ ਜਾ ਕੇ ਫੋਲੋ ਕਿਉਂ ਨਹੀਂ ਕਰਦੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦਿੱਤਾ ਹੋਇਆ ਯੂਜ਼ਰ ਆਈ ਡੀ ਨਾ ਵਗੈਰਾ ਹੈ ਨਾ ਅਤੇ ਉਹ ਜਾ ਕੇ ਚੈੱਕ ਕਰ ਲਓ ਫਿਰ ਅਸੀਂ ਵੀ ਨਸਰ ਮਦਨੀ 'ਤੇ ਜ਼ਰੂਰ ਟਿਕਟੋਕ ਬਣਾਵਾਂਗੇ ਹੁਣ ਕਿਉਂਕਿ ਵਧੀਆ ਲੱਗ ਰਹੀਆਂ ਸੀਰੀਅਸਲੀ ਨਾ ਮਤਲਬ ਉਹਨਾਂ ਦੀ ਗੱਲਾਂ ਹੀ ਮਤਲਬ ਇੰਨੀਆਂ ਉਹ ਹੈਗੀਆਂ ਬਾਕੀ ਤੁਹਾਨੂੰ ਅੱਜ ਸਭ ਤੋਂ ਵਧੀਆ ਕਿਹੜੀ ਮਤਲਬ ਵੀਡੀਓ ਵਧੀਆ ਲੱਗੀ ਸਭ ਤੋਂ ਕੁੜੀ ਵਾਲੀ ਹਾਂ ਮੈਨੂੰ ਵੀ ਉਹੀ ਕੁੜੀ ਵਾਲੀ ਜਿਹਦੇ ਐਨਕ ਲਗਾਈ ਹੋਈ ਸੀ ਸਿਰ ਟਕਿਆ ਹੋਇਆ ਸੀ ਹਨਾ ਓਕੇ ਸੋ ਠੀਕ ਹੈ ਕਾਫੀ ਅੱਛੀ ਲੱਗੀ ਬਈ ਆਪਾਂ ਨੂੰ ਵੀਡੀਓ ਕੁੜੀ ਨਹੀਂ ਨਹੀਂ ਵੀਡੀਓ ਨਹੀਂ ਨਹੀਂ ਕੁੜੀ ਅੱਛਾ ਕੁੜੀ ਕੁੜੀ ਵੀ ਅੱਛੀ ਲੱਗੀ ਬਈ ਹਮੇ ਔਰ ਹਮ ਆਜ ਆ
ਔਨ ਕੈਮਰਾ ਅਟੈਕ ਕੀਤਾ ਜਾ ਰਿਹਾ ਇੱਕ ਘਰ ਵਾਲੀ ਵੱਲੋਂ ਘਰ ਵਾਲੇ ਤੇ ਨਹੀਂ ਜੀ ਐਂਡ ਹੱਸ ਕੇ ਦਿਖਾ ਰਹੇ ਆ ਵੇਖੋ ਫੇਰ ਇੱਥੇ ਹੱਥ ਲੈ ਦੂਜੀ ਵਾਰ ਇਦਾਂ ਮੈਂ ਇੱਥੋਂ ਐ ਕਰਨਾ ਸੀਗਾ ਫਿਰ ਤੀਜੀ ਵਾਰ ਅੱਛਾ ਠੀਕ ਹੈ ਐ ਕਰਨਾ ਚੌਥੀ ਵਾਰ ਹੁਣ ਤੁਹਾਨੂੰ ਕੀ ਲੱਗਦਾ ਪਹਿਲੇ ਤੇ ਅਟੈਕ ਕਰਨੀ ਸੱਤਵੀਂ ਵਾਰ ਗਾਈਸ ਤੁਹਾਡੇ ਸਾਹਮਣੇ ਆ ਬਈ ਅਗਰ ਮੈਨੂੰ ਕੁਝ ਹੁਆ ਤਾਂ ਉਸਕੇ ਜ਼ਿੰਮੇਵਾਰ ਇਹ ਹੋਣਗੇ ਕੁਝ ਨਹੀਂ ਹੋਗਾ ਹੋਰ ਗੱਲ ਕਰੋ ਚਲੋ ਵੀਡੀਓ ਸੋ ਗਾਈਸ ਇਹ ਅੱਜ ਕੋ ਸਾਰਾ ਕੁਝ ਵਿੱਚ ਜਾਊਗਾ ਕੋਈ ਕੱਟ ਵੱਡ ਨਹੀਂ ਕਰਨੀ ਸੋ ਗਾਈਸ ਬਈ ਆਪਾਂ ਨੂੰ ਵਧੀਆ ਲੱਗੀ ਵੀਡੀਓ ਠੀਕ ਹੈ ਤੇ ਮੈਨੂੰ ਬਹੁਤ ਵਧੀਆ ਲੱਗੀ ਵੀਡੀਓ ਮੈਨੂੰ ਵਧੀਆ ਲੱਗੀ ਵੀਡੀਓ ਵੀਡੀਓ ਲੱਗੀ ਵਧੀਆ ਇਹਨਾਂ ਨੂੰ ਮੈਨੂੰ ਕੁੜੀ ਵਧੀਆ ਲੱਗੀ ਕਮਾਲ ਹੋਈ ਪਈ ਜੇ ਜਨਾਬ ਸੋ ਗਾਈਸ ਟਿਕਟੋਕ ਤੇ ਯਾਰ ਜਲਦੀ ਸਾਨੂੰ ਫੋਲੋ ਕਰ ਲਓ ਐਡ ਕਰ ਲਓ ਜੋ ਮਰਜ਼ੀ ਕਰ ਲਓ ਅਤੇ ਅਸੀਂ ਇੱਦਾਂ ਹੀ ਵੀਡੀਓਜ਼ ਤੁਹਾਡੇ ਲਈ ਬਣਾਉਂਦੇ ਰਹਾਂਗੇ ਘੈਂਟ ਘੈਂਟ ਅਤੇ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਅਤੇ ਚੱਕੀ ਰੱਖੋ ਇੱਦਾਂ ਹੀ ਕੰਮ ਕੰਮ